ਜੀ ਸੁਰਿੰਦਰ ਵਾਹਿਗੁਰੂ ਭਾਈ, ਅੱਜ ਦੇ ਜ਼ਮਾਨੇ ਦੇ ਵਿੱਚ ਜੀ ਜਿੱਥੇ ਕਹਿੰਦੇ ਗਜ਼ਲ ਵੀ ਜਿਹੜੀ ਹੈ ਨਾ ਥੋੜ੍ਹੀ ਔਖੀ ਵਿਧਾ ਮੰਨੀ ਜਾਂਦੀ ਹੈ, ਕਿਉਂਕਿ ਜਿੱਥੇ ਵੀ ਜ਼ੋਰ ਲਾਉਣਾ ਪੈਂਦਾ, ਜਿੱਥੇ ਵੀ ਕੋਸ਼ਿਸ਼ ਕਰਨੀ ਪੈਂਦੀ ਹੈ, ਜਿੱਥੇ ਵੀ ਥੋੜ੍ਹਾ ਜਿਹਾ ਸਾਨੂੰ ਬੁੱਧੀ ਵਰਤਣੀ ਪੈਂਦੀ ਹੈ, ਉੱਥੇ ਲੋਕ ਕਹਿੰਦੇ ਵੀ ਪਈਏ ਤਾਂ ਕੰਮ ਔਖਾ ਹੈ, ਔਖਾ, ਸਹੀ ਗੱਲ, ਤੇ ਗਜ਼ਲ ਵੀ ਔਖੀ ਹੈ, ਨਾਲ ਛੰਦਬੱਧ ਕਵਿਤਾ ਕਹਿ ਲਓ ਜਾਂ ਉਹ ਹੋਰ ਛੰਦਬੱਧ ਔਖਾ ਤਾਂ ਕੰਮ ਜਿਹੜੀ ਹੈ ਉਦੋਂ ਵੀ ਔਖਾ ਕੰਮ ਹੈ। ਜੀ ਕਿਵੇਂ ਤੁਸੀਂ ਚੁਣਦੇ ਹੋ ਇਸ ਚੀਜ਼ ਨੂੰ ਅੱਜ ਦੇ ਜ਼ਮਾਨੇ ਵਿੱਚ, ਜਦੋਂ ਕਿ ਸਾਰੇ ਬੰਦੇ ਨੌਕਰੀ ਪੇਸ਼ੇ ਵਾਲੇ ਆ, ਕੰਮ ਧੰਦੇ ਵਾਲੇ ਆ, ਤੇ ਮੌਕੇ ਕਿਸੇ ਕੋਲ ਸਮਾਂ ਹੈ ਹੀ ਨਹੀਂ। ਮੈਂ ਖੁਦ ਵੀ ਨੌਕਰੀ ਕਰਦਾ ਜੀ, ਤੇ ਇਹ ਤੁਹਾਡੇ ਤੋਂ ਪੁੱਛਾਂਗੇ, ਪਰ ਮੈਂ ਕਿਹਾ ਇਹ ਗੱਲਾਂ ਆਪਾਂ ਬਾਅਦ ਚ ਕਰਾਂਗੇ, ਹਾਂ ਪਹਿਲਾਂ ਆਪਾਂ ਸਵਾਦਲੀਆਂ ਸਵਾਦਲੀਆਂ ਗੱਲਾਂ ਜ਼ਿਆਦਾ ਕਰ ਲਈਏ। ਜੀ ਬਿਲਕੁਲ ਬਿਲਕੁਲ ਵੀਰੇ, ਉਹ ਇਦਾਂ ਕਿ ਆਪਣਾ ਵੈਸੇ ਬੰਦਾ ਨਹੀਂ ਚੁਣਦਾ ਕਿਸੇ ਵੀ ਚੀਜ਼ ਨੂੰ, ਚੁਣ ਦੀ ਤਾਂ ਵਿਧਾ ਆਪਣੇ ਆਪ ਵਿਧਾ, ਹੀ ਹੈ, ਬਿਲਕੁਲ ਬਿਲਕੁਲ ਵਿਧਾ ਆਪਣੇ ਆਪ। ਜ਼ਿਆਦਾਤਰ ਮੇਰਾ ਝੁਕਾਵ ਆ ਜਿਹੜਾ ਉਹ ਛੰਦਬੱਧ ਵੱਲ ਹੀ ਹੈ ਜੀ, ਗਜ਼ਲ ਵੀ ਉਸ ਤੋਂ ਬਾਅਦ ਆ, ਤੇ ਖੁੱਲੀ ਕਵਿਤਾ ਸ਼ਾਇਦ ਹੀ ਮੈਂ ਕੋਈ ਇੱਕ ਅੱਧੀ ਲਿਖੀ ਹੋਵੇ, ਇੱਕ ਅੱਧੀ ਵੀ ਨਹੀਂ ਲਿਖੀ ਹੋਣੀ। ਕਿ ਜਿਹੜੀ ਹੈਗੀ ਹੈ ਛੰਦਬੱਧ ਤਾਂ ਇਹ ਅਸਲ ਦੇ ਵਿੱਚ ਉਹਦੇ ਵਿੱਚ ਰਵਾਨਗੀ ਹੁੰਦੀ ਹੈ, ਤੇ ਉਹ ਰਵਾਨਗੀ ਕਿਸੇ ਨੂੰ ਸਵਾਦ ਦਿੰਦੀ ਹੈ ਦਿਮਾਗ ਤੋਂ, ਤੁਸੀਂ ਗੱਲ ਕਹਿੰਦੇ ਹੋ ਨਾ ਜੀ, ਜਿਵੇਂ ਹੁਣ ਜਿਹੜੀ ਸਗੋਂ ਖੁੱਲੀ ਹੋਊਗੀ ਕੋਈ ਚੀਜ਼ ਹੈ ਉਹਦੇ ਤੇ ਦਿਮਾਗ ਵੱਧ ਲਾਉਣਾ ਪੈਣਾ ਹੈ, ਜਿਹੜੀ ਛੰਦਬੱਧ ਉਹ ਰਿੜਦੀ ਜਾਂਦੀ ਉਹ ਬੰਦੇ ਨੂੰ ਗੱਲ ਭਾਵੇਂ ਦੀ ਨਾ ਹੀ ਸਮਝ ਆਵੇ, ਫਲੋ ਤੇ ਲੈ ਆ ਆਉਂਦੀ ਹੈ ਆਹ ਜੀ, ਜਿਹੜੀ ਚੀਜ਼ ਤਾਲ ਹੈ ਹੈ ਨਾ, ਜਿਹੜੀ ਤਾਲ ਆ ਉਹਦੇ ਚ ਬੰਦੇ ਨੂੰ ਸਵਾਦ ਆਉਂਦਾ ਵੀ ਯਾਰ ਕਿਆ ਗੱਲ, ਸ਼ਬਦ ਨਾਲ ਸ਼ਬਦ ਜੁੜਦੇ ਜਾਂਦੇ, ਠਾ ਠਾ ਹੁੰਦੀ ਜਾਂਦੀ, ਬਿਲਕੁਲ ਬਿਲਕੁਲ, ਇਸੇ ਚ ਸਵਾਦ ਆਉਂਦਾ। ਤੇ ਮੰਨ ਲਓ ਲੋਕੋ ਪ੍ਰਵਾਨ ਵੀ ਕਰਦੇ ਹੋ, ਜਿੰਨੀ ਮਰਜ਼ੀ ਦੁਨੀਆ ਐਡਵਾਂਸ ਹੋ ਜਾਏ ਜਿੰਨੀ ਮਰਜ਼ੀ, ਪਰ ਜਿਹੜੀ ਛੰਦਬੱਧ ਕਵਿਤਾ ਹੈ ਜਾਂ ਈਵਨ ਕਿ ਗਜ਼ਲ ਵੀ ਹੈ, ਤਾਂ ਇਹਨਾਂ ਦਾ ਜਿਹੜਾ ਟੇਸਟ ਰੱਖਦੇ ਆ ਬੰਦੇ ਬਿਲਕੁਲ ਉਹ ਅਲੱਗ ਹੀ ਰਹਿਣਗੇ ਹਮੇਸ਼ਾ ਦੁਨੀਆ 'ਚ ਰਹਿਣਗੇ। ਕਿਹੜੇ ਹਾਲ 'ਚ ਵੱਸਦੇ ਆ, ਅਗਲੇ ਸ਼ੇਅਰ 'ਚ ਦੱਸਦੇ ਆ, ਹਾਂ ਖੁਸ਼ੀਆਂ ਵਿੱਚ ਹੀ ਬੈਠੇ ਆ, ਫੋਟੋਆਂ ਵਿੱਚ ਹੀ ਹੱਸਦੇ ਆ। ਕੀ ਬਾਤ ਹੈ, ਕੋਈ ਛੰਦਬੱਧ ਕਵਿਤਾ ਵੀ ਸੁਣਾ ਦਿਓ ਫਿਰ। ਜੀ ਛੰਦਬੱਧ ਕਵਿਤਾ, ਚਲੋ ਇੱਕ ਸੀ ਕਿ ਵੈਸੇ ਤਾਂ ਮੈਂ ਛੰਦ ਹੀ ਲਿਖਦਾ, ਜਿੱਦਾਂ ਲੀਡਰਾਂ ਵਾਲਾ ਛੰਦ ਹੈਗਾ, ਕਿੱਤਿਆਂ ਵਾਲਾ ਛੰਦ ਹੈਗਾ, ਜੀ ਗਾਇਕਾਂ ਵਾਲਾ ਛੰਦ ਹੈਗਾ, ਇਸ ਤੋਂ ਬਿਨਾਂ ਬਿਨਾਂ ਇੱਕ ਕਵਿਤਾ ਹੈ ਕਿ ਅੰਦਰ ਰਹੇ ਜੋ ਧੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ, ਅੰਦਰ ਰਹੇ ਜੋ ਧੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ, ਵੀਰਾ ਜ਼ਮੀਰਾਂ ਵੇਚੀਆਂ ਇੱਕ ਪੈਸਿਆਂ ਦੀ ਭੁੱਖ ਨੇ। ਕਿਆ ਬਾਤ, ਅੰਦਰ ਰਹੇ ਜੋ ਧੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ, ਵੀਰਾ ਜ਼ਮੀਰਾਂ ਵੇਚੀਆਂ ਇੱਕ ਪੈਸਿਆਂ ਦੀ ਭੁੱਖ ਨੇ, ਬਿਲਕੁਲ ਹੀ ਬਦਲੇ ਲੋਕ ਨੇ, ਸ਼ਰਬਤ ਨੂੰ ਖਾਧਾ ਕੋਕ ਨੇ, ਲੱਸੀ ਵੀ ਨੱਸੀ ਇਸ ਤਰ੍ਹਾਂ ਤੌੜੀ ਏ ਦੌੜੀ ਜਿਸ ਤਰ੍ਹਾਂ, ਬੰਦੇ ਬਿਮਾਰੀ ਹੋ ਗਏ, ਬੰਦੇ ਬਿਮਾਰੀ ਹੋ ਗਏ ਵੱਡੇ ਵਪਾਰੀ ਹੋ ਗਏ, ਚੋਰੀ ਨਾ ਗੰਨੇ ਚੂਪਦੇ ਵੇਖੋ ਨੇ ਚਰਚੇ ਰੂਪ ਦੇ, ਆਪੇ ਨੂੰ ਐਪਾਂ ਖਾ ਗਈਆਂ ਹੱਥਾਂ ਚ ਸੱਥਾਂ ਆ ਗਈਆਂ, ਫਾਇਆ ਏ ਫੇਸਬੁੱਕ ਨੇ ਇਹੀ ਤੇ ਮੈਨੂੰ ਦੁੱਖ ਨੇ, ਇਹੀ ਤੇ ਮੈਨੂੰ ਦੁੱਖ ਨੇ। ਕਿ ਉੱਡੀਆਂ ਫਲੈਟਾਂ ਸੋਹਣਿਆ, ਕਿ ਉੱਡੀਆਂ ਫਲੈਟਾਂ ਸੋਹਣਿਆ ਹੁੰਦੀਆਂ ਨੇ ਚੈਟਾਂ ਸੋਹਣਿਆ, ਕੰਮਾਂ ਚ ਦਿਨ ਤਾਂ ਲੰਘਿਆ ਕਿੱਥੇ ਸੀ ਨਾਈਟਾਂ ਸੋਹਣਿਆ, ਕੰਮਾਂ ਚ ਦਿਨ ਤਾਂ ਲੰਘਿਆ ਕਿੱਥੇ ਸੀ ਨਾਈਟਾਂ ਸੋਹਣਿਆ, ਕੁੰਡਿਆਂ ਤੇ ਜਿੰਦੇ ਵੱਜ ਗਏ ਕਿੱਥੇ ਪਰਿੰਦੇ ਭੱਜ ਗਏ, ਹੁੰਦੀਆਂ ਨੇ ਇਹ ਮਜਬੂਰੀਆਂ ਨੇ ਕੌਣ ਛੱਡਦਾ ਚੋਰੀਆਂ, ਵਿਹਲੇ ਨਾ ਵਿੱਚੇ ਵੀਕਦੇ ਪੁੱਤਰਾਂ ਨੂੰ ਮਾਪੇ ਡੀਕਦੇ, ਨਦੀਆਂ ਕਿਨਾਰੇ ਰੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ, ਕਿਆ ਬਾਤ ਇਹੀ ਤੇ ਮੈਨੂੰ ਦੁੱਖ ਨੇ। ਕਿ ਵੇਖੀ ਤੂੰ ਰੱਬਾ ਮੇਰਿਆ ਕਾਵਾਂ ਨੇ ਕਿੱਦਾਂ ਘੇਰਿਆ, ਕੱਲੀ ਅਕਹਿਰੀ ਕੂੰਜ ਨੂੰ ਕਿਸੇ ਝਾਂਜਰਾਂ ਦੀ ਗੂੰਜ ਨੂੰ, ਕੱਲੀ ਅਕਹਿਰੀ ਕੂੰਜ ਨੂੰ ਕਿਸੇ ਝਾਂਜਰਾਂ ਦੀ ਗੂੰਜ ਨੂੰ, ਉਹਦੀ ਅਖੀਰੀ ਚੀਕ ਦਾ ਮੈਂ ਦਰਦ ਪਿਆ ਉਲੀਕਦਾ, ਉਸੇ ਹੀ ਦਿਨ ਤਰੀਕ ਦਾ ਇਨਸਾਫ਼ ਨੂੰ ਉਡੀਕਦਾ, ਗਾਲਾਂ ਤੇ ਮੁੰਡੇ ਨੱਚਦੇ ਵੇਖੋ ਲਖਾਰੀ ਸੱਚਦੇ, ਵੇਂਹਦੇ ਹਵਾ ਦਾ ਰੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ, ਇਹੀ ਤੇ ਮੈਨੂੰ ਦੁੱਖ ਨੇ। ਕਿ ਬਚਿਆ ਜੋ ਨਸ਼ਾ ਸਰਿੰਜ ਦਾ ਤੇ ਮਾਂ ਦੇ ਅੱਖ ਦੀ ਇੰਜ ਦਾ, ਬਚਿਆ ਜੋ ਨਸ਼ਾ ਸਰਿੰਜ ਦਾ ਤੇ ਮਾਂ ਦੇ ਅੱਖ ਦੀ ਇੰਜ ਦਾ, ਇੱਕੋ ਹੀ ਮਾਪ ਤੋਲ ਹੈ ਇਹ ਕੈਸਾ ਮੇਲ ਜੋਲ ਹੈ, ਲੀਡਰ ਬਣਾਉਂਦੇ ਚਾਂਦੀਆਂ ਸਿਵਿਆਂ ਨੂੰ ਮਾਵਾਂ ਜਾਂਦੀਆਂ, ਰੋਂਦੀ ਨੂੰ ਦੰਦਲਾਂ ਪੈਂਦੀਆਂ, ਅਖੀਰ ਇਹੀ ਕਹਿੰਦੀਆਂ ਪੁੱਛਦੀਆਂ ਰੱਬਾ ਹੰਬ ਕੇ ਗਲਤੀ ਕੀ ਇਹਨੂੰ ਜੰਮ ਕੇ ਕੀਤੀ ਹੈ ਮੇਰੀ ਕੁੱਖ ਨੇ, ਇਹੀ ਤੇ ਮੈਨੂੰ ਦੁੱਖ ਨੇ, ਇਹੀ ਤੇ ਮੈਨੂੰ ਦੁੱਖ ਨੇ।
ਕਿ ਜੰਮਦਾ ਹੀ ਕਰਜ਼ੇ ਹੇਠ ਸੀ ਉੱਤੋਂ ਇਹ ਪਾਪੀ ਪੇਟ ਸੀ। ਜੰਮਦਾ ਹੀ ਕਰਜ਼ੇ ਹੇਠ ਸੀ ਉੱਤੋਂ ਇਹ ਪਾਪੀ ਪੇਟ ਸੀ, ਪਹਿਲਾਂ ਹੀ ਬਹੁਤਾ ਲੇਟ ਸੀ ਅਜੇ ਹੋਰ ਕਰਦਾ ਵੇਟ ਸੀ। ਮੈਨੂੰ ਨਾ ਰਾਵਾਂ ਦਿੱਤੀਆਂ ਸਭ ਨੇ ਸਲਾਹਾਂ ਦਿੱਤੀਆਂ, ਯਾਰਾਂ ਨੇ ਫੇਰੇ ਮੁੱਖ ਨੇ, ਇਹੀ ਤੇ ਮੈਨੂੰ ਦੁੱਖ ਨੇ, ਕਿਆ ਬਾਤ ਇਹੀ ਹੈ ਤੇ ਭਾਈ, ਮੈਨੂੰ ਦੁੱਖ। ਕਿਆ ਬਾਤ ਹੈ ਬਾਈ। ਅਸਲ ਦੇ ਵਿੱਚ ਨਾ ਜਦੋਂ ਜਿਹੜੀ ਖੁੱਲੀ ਕਵਿਤਾ ਦੀ ਵੀ ਗੱਲ ਕਰ ਲੈਂਦੇ ਹਾਂ, ਗਜ਼ਲ ਦੇ ਵਿੱਚ ਤਾਂ ਖੈਰ ਇੱਦਾਂ ਹੁੰਦਾ ਹੈ ਕਿ ਬਹੁਤ ਸਾਰੇ ਵਿਸ਼ੇ ਸ਼ੇਅਰਾਂ ਦੇ ਵਿੱਚ ਵੱਖਰੇ ਵੱਖਰੇ ਦੇ ਵਿੱਚ ਆ ਜਾਂਦੇ ਆ। ਜੀ ਜੀ ਬਿਲਕੁਲ। ਇਹ ਛੰਦਬੱਧ ਜਿਹੜੀ ਕਵਿਤਾ ਜਾਂ ਛੰਦਬੱਧ ਤਾਂ ਤੁਸੀਂ ਕਰਦੇ ਹੋ, ਹਾਂਜੀ, ਉਹਦੇ ਵਿੱਚ ਮੈਂ ਇੱਕ ਤੁਹਾਡੀ ਵਿਸ਼ੇਸ਼ਤਾ ਹੋਰ ਵੀ ਦੇਖੀ ਕਿ ਤੁਹਾਡੇ ਵਿਸ਼ੇ ਬੜੇ ਹੁੰਦੇ ਨੇ, ਜਿਵੇਂ ਹੁਣ ਆਪਾਂ ਗੱਲ ਸੁਣੀ ਹੈ ਚ ਬਹੁਤ ਸਾਰੇ ਵਿਸ਼ੇ ਇਕੱਠੇ ਹੀ ਕਵਰ ਹੋ ਗਏ। ਹਾਂਜੀ ਜੀ ਬਿਲਕੁਲ। ਇਹਦੇ ਚੋਂ ਇੱਕ ਚੀਜ਼ ਅਸੀਂ ਪਿੱਛੇ ਜੇ ਚਲੋ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਨ ਦਾ ਸਾਨੂੰ ਮੌਕਾ ਮਿਲਿਆ ਸੀ ਤੁਹਾਨੂੰ, ਰਾਜਨੀਤੀ ਨਾਲ ਜੁੜਿਆ ਹੋਇਆ ਵੀ ਕੁਝ ਤੁਹਾਡਾ ਲਿਖਿਆ ਹੋਇਆ ਸੀ। ਹਾਂਜੀ ਛੰਦ ਇੱਕ ਲੀਡਰਾਂ ਵਾਲਾ ਛੰਦ ਜੀ, ਉਹ ਵੀ ਸਾਂਝਾ ਕਰਦੇ ਹੋ ਫਿਰ ਗੱਲਾਂ। ਮੈਨੂੰ ਇਹ ਆ ਵੀ ਗੱਲਾਂ ਨਾਲੋਂ ਵੱਧ ਇਧਰੋਂ ਸਵਾਦ ਆ ਰਿਹਾ, ਪਹਿਲਾਂ ਆਪਾਂ ਸੁਣ ਲਈਏ ਫਿਰ ਗੱਲਾਂ। ਨਹੀਂ ਬਿਲਕੁਲ ਜੀ ਬਿਲਕੁਲ ਜੀ, ਕਿਉਂਕਿ ਉਹ ਜਿੱਥੇ ਵੀ ਮੈਂ ਜਾਂਦਾ ਉਹ ਫਰਮਾਇਸ਼ ਜ਼ਰੂਰ ਕਰਦੇ। ਹੁਣ ਨਾ ਕਈ ਵਾਰ ਮੈਨੂੰ ਐਵੇਂ ਵੀ ਲੱਗਣ ਲੱਗ ਗਿਆ, ਮੈਂ ਬੰਦਾ ਖਿਹੜਾ ਛੁਡਾਉਂਦਾ ਕਈ ਚੀਜ਼ਾਂ ਦੇ ਨਾਲ ਜਿਹੜੀਆਂ ਜੁੜ ਜਾਂਦੀਆਂ, ਬਿਲਕੁਲ, ਉਹ ਮੁੜ ਕੇ ਛੁੱਟਦਾ ਨਹੀਂ, ਉਹ ਖਿਹੜਾ ਨਹੀਂ ਜੀ। ਛੁੱਟਦਾ। ਤਾਂ ਚਲੋ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ, ਮੈਂ ਨਹੀਂ, ਉਹ ਕਹਿੰਦਾ ਵੀ ਉਹ ਬੜਾ ਲਿਖਿਆ। ਸੋਹਣਾ ਹੈ ਉਹ, ਸੁਣਾਓ ਉਹਦਾ ਅਸ਼ਕਨ। ਹਾਂ, ਉਹ ਸੀਗਾ ਕਿ ਅੱਜ ਤੋਂ 3 ਸਾਲ ਪਹਿਲਾਂ ਪਿੱਛੇ ਜਾ ਕੇ ਉਹ ਸਮਝਣ ਨਾ ਪੈਣਾ, ਕਿਉਂਕਿ ਕਈ ਚੀਜ਼ਾਂ ਬਦਲ ਜਾਂਦੀਆਂ ਰਾਜਨੀਤੀ ਦੇ ਵਿੱਚ। ਹਾਂ, ਕਿ ਕੈਪਟਨ ਰਿਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਹੈ ਲੋਕ ਸਭ ਜਾਣਦੇ, ਕਿ ਸਿੱਧੂ ਦੇ ਜੋ ਚੱਕੇ ਲੋਕ ਰਹਿਣ ਹੱਕੇ ਬੱਕੇ, ਯਾਰ ਉਹ ਸ਼ਾਇਰ ਨੇ ਜੋ ਪੱਕੇ ਉਹ ਤਾਂ ਦੁੱਧੋ ਪਾਣੀ ਛਾਣਦੇ, ਕਿ ਮਾਣ ਦਾ ਕਰੇਜ ਦੂਜਾ ਪੈਗ ਤੋਂ ਪਰੇਜ ਵਾਲਾ, ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਸਦੀਕ, ਥੋੜਾ ਹਿੰਦੀ ਵਿੱਚ ਵੀਕ ਯਾਰ ਉਹ ਬੰਦਾ ਉਂਝ ਠੀਕ ਪਰ ਸੰਸਦ ਚ ਸੌਂਦਾ ਏ, ਕਿ ਮਾਰਦੇ ਨੇ ਚੋਟ ਯਾਰੋ ਦਿਲਾਂ ਵਿੱਚ ਖੋਟ ਯਾਰੋ, ਆਪੇ ਪਾਈ ਵੋਟ ਕੀ ਜੀ ਕਿਸੇ ਨੂੰ ਉਲਾਮਾ ਏ, ਕੱਢਿਆ ਮੈਂ ਸਿੱਟਾ ਬੜਾ ਬੋਲਦਾ ਏ ਬਿੱਟਾ ਬੜਾ, ਤੇ ਮਜੀਠੀਏ ਦਾ ਚਿੱਟਾ ਬੜਾ ਕੁੜਤਾ ਪਜਾਮਾ, ਕਿ ਸੁੱਖੇ ਦੇ ਜੀ ਗੱਪ ਅਪ ਹੱਦਾਂ ਬੰਨੇ ਜਾਂਦੇ ਟੱਪ, ਲੀਡਰਾਂ ਦੀ ਖੱਪ ਰਹਿੰਦੀ ਸੰਸਦ ਚ ਪੈਂਦੀ ਏ, ਕਿ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ, ਉਂਝ ਰਾਜ ਨਹੀਂ ਉਹ ਸੇਵਾ ਏ ਤਾਂ ਨੰਨੀ ਸ਼ਾਂ ਵੀ ਕਹਿੰਦੀ ਏ, ਟੌੜਾ ਬਰਨਾਲਾ ਸੰਤ ਭਿੰਡਰਾਂ ਵਾਲਾ ਜਦੋਂ ਦੌਰ ਸੀਗਾ ਕਾਲਾ, ਟੌੜਾ ਬਰਨਾਲਾ ਸੰਤ ਭਿੰਡਰਾਂ ਵਾਲਾ ਜਦੋਂ ਦੌਰ ਸੀਗਾ ਕਾਲਾ, ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰੈਂਡ ਮੰਗੇ ਸਿੱਖ ਹੋਮਲੈਂਡ, ਉਂਝ ਗੱਲ ਤੇ ਸਟੈਂਡ ਪੂਰਾ ਸਿਮਰਜੀਤ ਮਾਣਦਾ ਕਿ ਮਿਲਦੀ ਨੀ ਚਾਲ, ਜਗਮੀਤ ਵੀ ਕਮਾਲ ਇੱਕ ਖਹਿਰਾ ਸੁਖਪਾਲ ਯਾਰ ਉਹ ਮੁੱਢ ਤੋਂ ਹੀ ਬਾਗੀ ਹੈ, ਛੋਟੇ ਪੁਰਸ਼ ਆਇਆ ਨਵੀਂ ਪਾਰਟੀ ਲਿਆਇਆ ਉੱਤੇ ਦੋਸ਼ ਵੱਡਾ ਲਾਇਆ, ਮਾਇਆ ਕਿਸਨੇ ਤਿਆਗੀ ਹੈ, ਕਿ ਗਈ ਪਾਰਟੀ ਏ ਵੰਡੀ ਕਦੇ ਪੂਰੀ ਸੀ ਜੀ ਝੰਡੀ ਖੁੱਡੀਆ ਤੇ ਤਲਵੰਡੀ, ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆਪੇ ਮੋਰੇ ਭਾਲ, ਹਰਚੰਦ ਲੌਂਗੋਵਾਲ ਦਿੱਤਾ ਗੋਲੀਆਂ ਨਾ ਮਾਰ ਸੀ, ਕਿ ਇੱਕ ਵੀਡੀਓ ਸਤਾਇਆ ਯਾਰ ਉਹ ਸੁੱਚਾ ਤੇ ਘਬਾਇਆ ਜੀ ਵਿਵਾਦਾਂ ਵਿੱਚ ਆਇਆ, ਖੌਰੇ ਝੂਠਾ ਸੀ ਕਿ ਸੱਚਾ ਸੀ, ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੁੱਲੀਆਂ ਚੁਕਾ ਦੂੰ ਨਾਲੇ ਬਦਲੀ ਕਰਾ ਦੂੰ, ਚਲੋ ਛੱਡੋ ਜੀ ਉਹ ਬੱਚਾ ਸੀ, ਕਿ ਕੇਜਰੀਵਾਲ ਜੀ ਨੂੰ ਮਿਲੇ 5 ਸਾਲ ਯਾਰ ਉਹ ਕਰਤਾ ਕਮਾਲ ਹਾਲ, ਦਿੱਲੀ ਜਾ ਕੇ ਵੇਖ ਲਓ ਸਿਰੇ ਦੇ ਦੋ ਠੱਗ ਪਿੱਛੇ ਭਗਤਾਂ ਦਾ ਵੱਗ, ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਕ ਲਓ ਜੀ, ਗਊਮਾਂ ਦੀ ਪੱਟੀ ਜੋਗੀ ਜਾਂਦਾ ਨਿੱਤ ਰੱਟੀ, ਉਹਨੇ ਯਾਦਵਾਂ ਦੀ ਫੱਟੀ ਉੱਥੇ ਰੱਖ ਦਿੱਤੀ ਪੋਚ ਕੇ, ਕਿ ਰਾਜਾ ਬਈ ਵੜੈਂਗ ਕਹਿੰਗ ਰੋਜ਼ ਹੀ ਫਸਾਉਂਦਾ ਸਿੰਘ, ਬੋਲਦਾ ਏ ਤਿੰਗ ਤਿੰਗ ਬੋਲੇ ਨਾ ਜੀ ਸੋਚ ਕੇ, ਮਾਰੇ ਲੀਡਰਾਂ ਨੇ ਡਾਕੇ ਮੱਲੀ ਬੈਠੇ ਆ ਇਲਾਕੇ, ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ, ਖੂਨ ਦੇ ਪਿਆਸੇ ਫਿਰਦੇ ਨੇ ਆਸੇ ਪਾਸੇ ਯਾਰ ਉਹ ਬੈਂਸ ਦੇ ਖਲਾਸੇ, ਖਾਸੇ ਹੁੰਦੇ ਮਸ਼ਹੂਰ ਨੇ, ਕਿ ਚੁਟਾਲਿਆਂ ਦਾ ਬੋਲ ਬਾਲਾ ਦੇਵੀ ਲਾਲ ਜੀ ਚੁਟਾਲਾ, ਜੇ ਬੀਟੀ ਦਾ ਘੁਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ, ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟੜ ਤੇ ਹੁੱਡਾ, ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟੜ ਤੇ ਹੁੱਡਾ, ਯਾਰ ਉਹ ਚਾਬੀ ਵਾਲਾ ਗੁੱਡਾ ਗੁੱਡੀ ਆਪਣੀ ਚੜਾ ਗਿਆ,
ਕਿ ਮੌਲਾਨਾ ਜੀ ਆਜ਼ਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾ ਗਾਵਾਂ ਦਾ ਵੀ ਖਾ ਗਿਆ। ਇੰਨੀ ਸਾਫ਼ ਨਹੀਂ ਸੀ ਪਿੱਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਗਈ ਖਿੱਚ ਦੇ ਠਾਕਰੇ ਆ ਗਿਆ ਕਿ ਵੱਖਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਿੰਦੀ ਮਹਿਬੂਬਾ ਯਾਰ ਉਹ ਸੱਯਦਾਂ ਦੀ ਕੁੜੀ ਆ। ਉਮਰ ਅਬਦੁੱਲਾ ਹੁਣ ਛੱਡਦੇ ਨੀ ਖੁੱਲਾ ਗੱਲ ਆਈ ਉੱਤੇ ਬੋਲਾਂ ਫਿਰ ਮੁੜ ਕੇ ਨਾ ਮੁੜੀ ਆ ਕਿ ਇੱਕ ਭੈਣ ਮਾਇਆਵਤੀ ਦੀ ਦੀ ਮਮਤਾ ਦੀ ਗਤੀ ਨਾ ਵਿਆਹੀਆਂ ਨਾ ਹੀ ਪਤੀ ਸਤੀ ਹੋਈਆਂ ਰਾਜਨੀਤੀ ਚ ਇੱਕ ਬੰਦਾ ਏ ਮਹਾਨ ਜੀ ਵੱਲੇ ਜੇ ਬਿਆਨ ਪਿਓ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਧੀ ਪੀਤੀ ਚ ਕਿ ਵਾਜਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾ ਮਿਲਾਇਆ ਹੰਸ ਰਾਜ ਨੇ ਸੁਣਾਇਆ ਇਹ ਤਾਂ ਫੱਕਰਾਂ ਦੀ ਮੌਜ ਹੈ ਪਾਲੋ ਭਗਵੇਂ ਉਹ ਚੋਲੇ ਸੱਚ ਮੀਡੀਆ ਨਾ ਬੋਲੇ ਉਹਲੇ ਰੱਖੇ ਘੱਟ ਤੋਲੇ ਲਾਈ ਥਾਂ ਥਾਂ ਤੇ ਫੌਜ ਹੈ ਕਿ ਕਵੀ ਅਟਲ ਬਿਹਾਰੀ ਅਡਵਾਨੀ ਨਾਲ ਯਾਰੀ ਬਾਜੀ ਐਟਮ ਦੀ ਮਾਰੀ ਸਾਰੀ ਗੱਲ ਰੱਖੀ ਉਹਲੇ ਚ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰ ਉਹ ਵੱਖਰਾ ਜਨੂੰਨ ਹੁੰਦਾ ਸੰਘੀਆਂ ਦੇ ਟੋਲੇ ਚ ਨਹਿਰੂ ਤੇ ਪਟੇਲ ਕੱਟੀ ਦੋਹਾਂ ਨੇ ਹੀ ਜੇਲ ਇਹ ਸਿਆਸਤ ਦਾ ਖੇਲ ਨਹੀਂ ਉਹ ਬੱਚਿਆਂ ਨਦਾਨਾਂ ਦਾ ਕਿਹਨੇ ਮਾਰਿਆ ਸੁਭਾਸ਼ ਨਾ ਹੀ ਮਿਲੀ ਉਹਦੀ ਲਾਸ਼ ਕਹਿੰਦੇ ਹੋ ਗਿਆ ਵਿਨਾਸ਼ ਕਾਸ਼ ਚ ਵਿਮਾਨਾਂ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਇਲਾਮਾ ਅਪਰਾਧ ਦਾ ਪਤਾਮਾ ਜਿਵੇਂ ਇੰਡੀਆ ਨੂੰ ਦਾਊਦ ਹੈ ਪਰਵੇਜ਼ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਹੈ ਵਿਦੇਸ਼ ਵਿੱਚ ਮਾਲੀਆ ਦੀ ਮੌਜ ਹੈ ਕਿ ਸ਼ੀ ਜਿਨਪਿੰਗ ਯਾਰ ਉਹ ਚੀਨ ਦਾ ਇੱਕ ਕਿੰਗ ਇੱਕ ਕੋਰੀਆ ਦਾ ਕਿਮ ਦੇਸ਼ ਮਾਰਦਾ ਹੈ ਚੀਕਾ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਉਸਾਮਾ ਉਂਝ ਬੰਦਾ ਪੂਰਾ ਕਾਮਾ ਰਹਿੰਦਾ ਵਿੱਚ ਅਮਰੀਕਾ ਜੀ ਕਿ ਡੋਨਾਲਡ ਟਰੰਪ ਦੇਖੋ ਮਾਰਦਾ ਹੈ ਜੰਪ ਜੀ ਮਿਸਾਈਲ ਕਰੇ ਡੰਪ ਉਹਨੇ ਸੁਲੇਮਾਨੀ ਮਾਰਿਆ ਅੱਗੋਂ ਆਇਤੁੱਲਾ ਕਹਿੰਦਾ ਹੁਣ ਚੁੱਪ ਨਹੀਂ ਉਹ ਬਹਿੰਦਾ ਦੇਸ਼ ਜ਼ੁਲਮ ਨਹੀਂ ਸਹਿੰਦਾ ਨਹੀਂ ਇਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤੁਰੀ ਫਿਰ ਚੀਨ ਵੱਲ ਮੁੜੀ ਇਹ ਸਾਥੀਆਂ ਦੀ ਪੁੜੀ ਜਦੋਂ ਖੁੱਲੀ ਉਦੋਂ ਵੇਖਾਂਗੇ ਛੱਡੋ ਲੋਕਤੰਤਰ ਏ ਮਾਰਕਸ ਦਾ ਮੰਤਰ ਜੀ ਮਹਿਲਾਂ ਨੂੰ ਬਸੰਤਰ ਲਾ ਫੇਰ ਆਪਾਂ ਸੇਕਾਂਗੇ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਇਕੱਲਾ ਜੀ ਸਟਾਲਨ ਉਹ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲਓ ਪੂਰਾ ਲੈਂਦਾ ਏ ਆਨੰਦ ਰਾਜੇ ਦਾ ਜੋ ਫਰਜੰਦ ਬੜੀ ਸ਼ਾਇਰੀ ਏ ਪਸੰਦ ਜੀ ਦੁਬਈ ਵਾਲੇ ਸ਼ੇਖ ਨੂੰ ਕਿ ਯੋਗਦਾਨ ਬਾਪ ਮਾਂ ਦਾ ਦਾਦੇ ਇਕੱਤਰ ਸਿਆਂ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਹਿਆ ਫੇਰ ਆਪਾਂ ਮਿਲਾਂਗੇ ਦਵੇਰ ਉਂਝ ਪਹਿਲਾਂ ਵੀ ਕਿ ਸ਼ੇਰ ਮੈਂ ਤਾਂ ਲਿਖ ਲਿਖ ਛੱਡਿਆ ਕਿ ਜੋੜਦਾ ਕਬਿੱਤ ਬੈਠਾ ਔਲਖਾਂ ਦੇ ਵਿੱਚ ਜੀ ਵਰਿੰਦਰ ਦਾ ਚਿੱਤ ਜਿੱਤ ਛੇਤੀ ਹੁਣ ਲੋਚਦਾ ਕਿ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿੰਦਾ ਸੋਚਦਾ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿੰਦਾ ਸੋਚਦਾ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਇੰਨੀ ਸਮਝ ਰਾਜਨੀਤੀ ਬਾਰੇ ਤੇ ਧਰਮ ਬਾਰੇ ਵੀ ਮੁੱਦਿਆਂ ਬਾਰੇ ਹਨਾ, ਇੰਨੀ ਛੋਟੀ ਉਮਰ ਦੇ ਵਿੱਚ ਕਮਾਲ ਹੀ ਸੱਚਮੁੱਚ ਕਮਾਲ ਹੈ। ਫਿਰ ਇੱਕ ਤਾਂ ਸਮਝ ਰੱਖਣੀ, ਫਿਰ ਉਹਨਾਂ ਨੂੰ ਪਰਾਉਣਾ ਇਸ ਤਰ੍ਹਾਂ, ਮੈਂ ਇਹ ਕਹਿੰਦਾ ਵੀ ਇਹ ਕੁਦਰਤ ਦੀ ਦੇਣ ਹੀ ਆ ਤੇ ਕਈ ਚੀਜ਼ਾਂ ਇਹੋ ਜਿਹੀਆਂ ਆਪਣੇ ਤੋਂ ਬਣ ਜਾਂਦੀਆਂ ਜੇ ਆਪਾਂ ਦੁਬਾਰਾ ਵੀ ਬਣਾਉਣ ਦੀ ਕੋਸ਼ਿਸ਼ ਕਰੀਏ। ਸਹੀ ਗੱਲ ਹੈ, ਬਿਲਕੁਲ ਬਿਲਕੁਲ।